ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿਤ ਬਿਜਲੀ ਪਹਿਲਵਾਨ ਮੰਦਰ ਚ ਸ਼ਿਵਰਾਤਰੀ ਤੋਂ ਬਾਅਦ ਪਹਿਲੇ ਰਵੀਵਾਰ ਨੂੰ ਹਰ ਸਾਲ ਦੀ ਤਰ੍ਹਾਂ 10ਵਾਂ ਵਿਸ਼ਾਲ ਲੰਗਰ ਦਾ ਭੰਡਾਰਾ ਮੰਦਿਰ ਦੇ ਕਰੀਬ 200 ਭਗਤ ਜਨਾਂ ਅਤੇ ਪਰਿਵਾਰ ਜਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਇਸ ਲੰਗਰ ਭੰਡਾਰੇ ਚ ਵਿਸ਼ੇਸ਼ ਕਰ ਦੇਸੀ ਘਿਓ ਦਾ ਪੂਰਾ ਲੰਗਰ ਬਣਾਇਆ ਜਾਂਦਾ ਹੈ ਅਤੇ ਭਗਤਾਂ ਦੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਇਸ ਭੰਡਾਰੇ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ ਚ ਵਾਰਡ ਨੰਬਰ 10 ਦੇ ਕੌਂਸਲਰ ਸੋਨੂ ਦੱਤੀ ਨੇ ਆਪਣੇ ਘਰ ਕਮਲਾ ਵੱਲੋਂ ਕੀਤੀ। ਆਪਣੇ ਸਾਰੇ ਵੀਰ ਭਰਾਵਾਂ ਨੇ 10ਵਾਂ ਲੰਗਰ ਹੈਗਾ ਹੈ ਹਰ ਸਾਲ ਇੱਦਾਂ ਹੀ ਸ਼ਿਵਰਾਤਰੀ ਤੋਂ ਬਾਅਦ ਜਦੋਂ ਐਤਵਾਰ ਆਉਂਦਾ ਆਪਣਾ ਭੰਡਾਰਾ ਲੱਗਦਾ ਹੈ। ਇਹ ਸਾਰੇ ਆਪਣੇ ਘੱਟ ਤੋਂ ਘੱਟ 200 ਪਰਿਵਾਰ ਇਕੱਠਾ ਮਿਲ ਕੇ ਬਿਜਲੀ ਭਲਵਾਨ ਮੰਦਰ ਦੇ ਵਿੱਚ ਸਾਰੇ ਪਰਿਵਾਰ ਵੰਗਰ ਲੰਗਰ ਲਾਉਂਦੇ ਆ। ਇਹ ਸ਼ਿਵਰਾਤਰੀ ਦਾ ਜਿਵੇਂ ਵਿਆਹ ਰਚਾਉਂਦੇ ਹਾਂ ਆਪਾਂ, ਅਤੇ ਉਸ ਹਿਸਾਬ ਦੇ ਨਾਲ ਇਹਦੇ ਵਿੱਚ ਆਪਾਂ ਮਟਰ ਪਨੀਰ, ਦੇਸੀ ਘਿਓ ਦਾ, ਚਨੇ, ਮਿਕਸ ਵੈੱਜ, ਚਾਵਲ, ਭਟੂਰੇ, ਮਿੱਸੀ ਰੋਟੀ, ਦਾਲ ਮੱਖਣੀ, ਇਹ ਸਭ ਦਾ ਦੇ ਨਾਲ ਖੀਰ ਦਾ ਸਾਰਾ ਭੰਡਾਰਾ ਚੱਲਦਾ। ਤੇ ਪ੍ਰਭੂ ਦੇ ਕਿਰਪਾ ਦੇ ਨਾਲ ਹੈ, ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੈ ਸਾਰੀ ਕਿਰਪਾ। ਅੱਜ ਆਪਾਂ ਬਿਜਲੀ ਭਲਵਾਨ ਦੇ ਮੰਦਰ ਸਾਰੇ ਭਗਤ ਇਕੱਠੇ ਹੋਏ ਹਾਂ। ਮਹਾਂ ਸ਼ਿਵਰਾਤਰੀ ਦਾ ਦਿਹਾੜਾ ਸੀ, ਉਹਦੇ ਦਿਹਾੜੇ ਕਰਕੇ ਆਪਾਂ ਅੱਜ ਸੰਡੇ ਨੂੰ ਲੰਗਰ ਲਾਇਆ ਗਿਆ ਹੈ। ਭੋਲੇਨਾਥ ਦਾ ਦਿਨ ਆ ਅਤੇ ਭੋਲੇਨਾਥ ਸਾਡੇ ਸਾਡੇ ਭਗਤਾਂ ਦੇ ਕਿਰਪਾ ਕਰੇ। ਭੋਲੇਨਾਥ ਦਾ ਆਸ਼ੀਰਵਾਦ ਚਾਹੀਦਾ। ਜਿੰਨੇ ਮੇਰੇ ਭਰਾ ਆ ਇਹਨਾਂ ਦੇ ਕਿਰਪਾ ਰਹੇ ਭੋਲੇਨਾਥ ਦੀ, ਇਹਨਾਂ ਦਾ ਆਸ਼ੀਰਵਾਦ ਚਾਹੀਦਾ ਭੋਲੇਨਾਥ ਦਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।